ਬਾਪ ਬੇਟੀ ਬਾਤਚੀਤ ਦੇ ਅੱਜ ਦੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਦੋਸਤੋ। ਪਿੱਛੇ ਜੇ ਕਾਫੀ ਗੱਲ ਚੱਲੀ ਹੈ ਕਿ ਦਿਲਜੀਤ ਦਾ ਐਲੂਮੀਨਾਟੀ ਨਾਮ ਦੇ ਕਿਸੇ ਸੰਸਥਾਨ ਦੇ ਨਾਲ ਸੰਬੰਧ ਹੈ, ਤੇ ਇਸ ਮਸਲੇ ਦੇ ਵਿੱਚ ਇਹ ਚੀਜ਼ਾਂ ਬਾਹਰ ਤਾਂ ਆਈਆਂ ਕਿਉਂਕਿ ਨਸੀਬ ਜੋ ਕਿ ਇੱਕ ਪੰਜਾਬੀ ਰੈਪਰ ਹੈ ਉਸਨੇ ਇਸ ਬਾਰੇ ਨਹੀਂ ਜਾਂ ਫਿਰ ਦਿਲਜੀਤ ਦੇ ਖਿਲਾਫ਼ ਟਵੀਟ ਕਰਨਾ ਸ਼ੁਰੂ ਕੀਤਾ, ਤੇ ਫਿਰ ਉਹ ਜਿਵੇਂ ਇੱਕ ਟਵੀਟ ਦਾ ਜਵਾਬ ਦੂਜਾ ਟਵੀਟ, ਤੇ ਫਿਰ ਪੁਰਾਣੇ ਲੋਕ ਹੋਰ ਚੀਜ਼ਾਂ ਕੱਢ ਲਿਆਉਂਦੇ ਆ, ਟਵੀਟੋ ਟਵੀਟੀ ਲੋਕ ਹੋਏ, ਤੇ ਉੱਥੋਂ ਗੱਲ ਨਿਕਲ ਕੇ ਆਈ ਕਿ ਦਿਲਜੀਤ ਤਾਂ ਕਿਸੇ ਐਲੂਮੀਨਾਟੀ ਉਹਦਾ ਮੈਂਬਰ ਹੈ। ਡੈਡੀ ਕੌਣ ਨੇ ਐਲੂਮੀਨਾਟੀ? ਦੇਖੋ ਅਸਲ ਦੇ ਵਿੱਚ ਤਾਂ ਇਹ ਕਿ ਜਿਹੜਾ ਐਲੂਮੀਨਾਟੀ ਦਾ ਇਹ ਸੰਕਲਪ ਹੈਗਾ ਉਹ ਬਹੁਤ ਪੁਰਾਣਾ ਹੈ। ਕੋਈ ਯੂਰਪ ਦੇ ਵਿੱਚ ਇੱਕ ਅਜਿਹੀ ਲਹਿਰ ਚੱਲੀ ਸੀਗੀ ਜਿਹੜੀ ਲਹਿਰ ਬੁਨਿਆਦੀ ਤੌਰ 'ਤੇ ਤਿੰਨ ਚਾਰ ਚੀਜ਼ਾਂ ਦੇ ਉੱਤੇ ਉਹਨਾਂ ਦਾ ਕੇਂਦਰ ਸੀਗਾ। ਪਹਿਲੀ ਗੱਲ ਉਹਨਾਂ ਦਾ ਇਸ ਚੀਜ਼ 'ਤੇ ਕੇਂਦਰ ਸੀਗਾ ਕਿ ਜਿਹਨੂੰ ਕਹਿ ਸਕਦੇ ਹਾਂ ਕਿ ਧਾਰਮਿਕ ਸੰਸਥਾਵਾਂ ਦੀ ਜਿਹੜੀ ਜਕੜ ਬਹੁਤ ਮਜ਼ਬੂਤ ਹੁੰਦੀ ਆ, ਇਸ ਕਰਕੇ ਧਾਰਮਿਕ ਤੌਰ 'ਤੇ ਕੁਛ ਅਜਿਹੀਆਂ ਗੱਲਾਂ ਜਿਹੜੀਆਂ ਵਿਗਿਆਨ ਸੱਚੀਆਂ ਮੰਨਦਾ ਪਰ ਧਰਮ ਉਹਨਾਂ ਨੂੰ ਸੱਚੀਆਂ ਨਹੀਂ ਮੰਨਦਾ, ਉਹਨਾਂ ਦੇ ਬਾਰੇ ਉਹ ਖੁੱਲ੍ਹ ਕੇ ਪ੍ਰਚਾਰ ਨਹੀਂ ਕਰ ਸਕਦੇ, ਇਸ ਕਰਕੇ ਉਹ ਆਪਦੇ ਸਰਕਲ ਵਿੱਚ ਗੱਲ ਕਰਦੇ ਸੀ। ਦੂਸਰਾ ਇਹ ਕਿ ਸਰਕਾਰ ਉਹਨਾਂ ਨੂੰ ਅਜਿਹੇ ਵਿਚਾਰਾਂ ਕਰਕੇ ਦਬਾਉਂਦੀ ਸੀ, ਇਸ ਕਰਕੇ ਉਹ ਸਰਕਾਰ ਤੋਂ ਪਾਸਾ ਵੱਟਦੇ ਸੀ ਜਾਂ ਸਰਕਾਰ ਤੋਂ ਚੋਰੀ ਇਹ ਕਾਰਵਾਈਆਂ ਕਰਦੇ ਸੀ। ਤੀਸਰਾ ਗੱਲ ਕਿ ਉਹਨਾਂ ਦੇ ਵਿੱਚ ਆਪਸ ਵਿੱਚ ਸੰਚਾਰ ਹੁੰਦਾ ਸੀ, ਉਹ ਵਿਚਾਰ ਵਟਾਂਦਰਾ ਕਰਦੇ ਸੀਗੇ। ਇਹ ਗਰੁੱਪ ਸੱਚਮੁੱਚ ਵੀ ਕਿਸੇ ਸਮੇਂ ਹੋਂਦਸ਼ੀਲ ਰਿਹਾ ਅਤੇ ਵਿਗਿਆਨੀ ਲੇਖਕ ਚਿੰਤਕ ਇਹਦੇ ਮੈਂਬਰ ਰਹੇ ਆ, ਪਰ ਇਹ ਗੱਲ ਖਤਮ ਹੋ ਚੁੱਕੀ ਆ। ਪਰ ਉਸ ਤੋਂ ਬਾਅਦ ਜਿਹਦਾ ਅੱਜ ਜਿਹੜਾ ਦਾ ਅਰਥ ਲਿਆ ਜਾਂਦਾ ਉਹ ਬਿਲਕੁਲ ਹੀ ਵੱਖਰਾ ਲਿਆ ਜਾਂਦਾ। ਉਹ ਇਹ ਕਿ ਇੱਕ ਸਾਜ਼ਿਸ਼ੀ ਥਿਊਰੀਆਂ ਹੈਗੀਆਂ ਉਹਨਾਂ ਅਧੀਨ ਆ ਜਿਹੜਾ ਉਹ ਹੁਣ ਤੁਸੀਂ ਵੱਧ ਜਾਣਦੇ ਆ ਕਿ ਜਿਹੜੀਆਂ ਸਾਜ਼ਿਸ਼ੀ ਥਿਊਰੀ। ਨਹੀਂ ਮੈਂ ਆਪਣੇ ਨਾ ਦੋਸਤਾਂ ਨੂੰ ਦੱਸਦਾ, ਦੋਸਤੋ ਸਾਡੀ ਜਨਰੇਸ਼ਨ ਮਿਲੀਨੀਅਲਸ ਦੀ ਇਹਦੇ ਬਾਰੇ ਜਿਹੜੀ ਦਿਲਚਸਪੀ ਬਣੀ, ਅਸਲ ਦੇ ਵਿੱਚ 2000 ਦੀ ਬੈਸਟ ਸੈਲਿੰਗ ਕਿਤਾਬ ਏਂਜਲਸ ਐਂਡ ਡੀਮਨਸ ਜੋ ਕਿ ਡੈਨ ਬਰਾਊਨ ਨੇ ਲਿਖੀ ਹੈ ਉਹਦੇ ਤੋਂ ਬਣੀ। ਉਦੋਂ ਬਾਅਦ ਡੈਨ ਬਰਾਊਨ ਨੇ ਡਵਿੰਚੀ ਕੋਡ ਹੋਰ ਇਹੋ ਜਿਹੀਆਂ ਵੀ ਜਿਹੜੀਆਂ ਕਿ ਆਪਾਂ ਕਹਿ ਲਈਏ ਕਿ ਕੰਟਰੋਵਰਸੀ ਵਾਲੀਆਂ ਬੁੱਕਸ ਲਿਖੀਆਂ, ਜਿਸ ਦੇ ਨਾਵਲ ਵੀ ਉਹਦੇ ਬੈਨ ਹੋਏ, ਉਹਦੀਆਂ ਬੁੱਕਸ ਵੀ ਬੈਨ ਹੋਈਆਂ। ਉਹਦੇ ਵਿੱਚ ਉਹ ਇੱਕ ਐਸੇ ਸੰਸਥਾਨ ਦੀ ਗੱਲ ਕਰਦਾ ਜੋ ਸੀਕ੍ਰੇਟ ਹੈ, ਜੋ ਚਰਚ ਦੇ ਖਿਲਾਫ਼ ਹੈ, ਜੋ ਵੈਟੀਕਨ ਦੇ ਖਿਲਾਫ਼ ਹੈ, ਜੋ ਜਾ ਕੇ ਉਹਨਾਂ ਧਰਮਾਂ 'ਤੇ ਉਹਨਾਂ ਚੀਜ਼ਾਂ ਦੇ ਉੱਤੇ ਅਟੈਕ ਕਰਦਾ। ਉਹ ਉਹਨਾਂ ਨੂੰ ਕਿਤੇ ਕਿਤੇ ਸਹੀ ਵੀ ਠਹਿਰਾਉਂਦਾ ਕਿ ਉਦੋਂ ਦੀ ਲੋੜ ਸੀ, ਤੇ ਉਹ ਇਹ ਖਾਰਜ ਵੀ ਕਰਦਾ ਕਿ ਅੱਜ ਉਹ ਚੀਜ਼ ਨਹੀਂ ਹੈ। ਪਰ ਜਦੋਂ ਆਪਾਂ ਅੱਜ ਦੇ ਹਿਸਟੋਰੀਅਨਸ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਆ ਕਿ ਜਿਹੜਾ ਐਲੂਮੀਨਾਟੀ ਹੈ ਉਹ ਇੱਕ ਬਵੇਰੀਅਨ ਆਪਣਾ ਜਿਹੜਾ ਪੋਲੀਟੀਕਲ ਆਈਡੀਓਲੋਜੀ ਦਾ ਇੱਕ ਗਰੁੱਪ ਸੀ ਜੋ ਕਿ 15ਵੀਂ ਸੈਂਚਰੀ 'ਚ ਆਇਆ ਸੀ, ਉਹਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜਿਹੜੀਆਂ ਗੱਲਾਂ ਗਲੀਲੀਓ ਤੋਂ ਅਬਾਊਟ 130 ਸਾਲ ਬਾਅਦ ਇਹ ਚੀਜ਼ ਹੈ ਜਿਹੜੀ ਇਹ ਸੰਸਥਾਨ ਹੈ ਜਿਹੜਾ ਹੈ ਪੋਲੀਟੀਕਲ ਆਈਡੀਓਲੋਜੀ ਵਾਲਾ ਬਵੇਰੀਅਨਸ ਵਾਲਾ ਇਹ ਬਣਿਆ ਰੀਅਲ ਦੇ ਵਿੱਚ। ਤਾਂ ਹੁਣ ਕਿੰਨੀ ਕੁ ਚੀਜ਼ ਫਿਕਸ਼ਨ ਹੈ, ਕਿੰਨੀ ਕੁ ਚੀਜ਼ ਪੋਲੀਟੀਕਲ ਹੈ, ਕਿੰਨੀ ਕੁ ਚੀਜ਼ ਅਸਲ ਦੇ ਵਿੱਚ ਸੀ, ਇਹਦੇ ਬਾਰੇ ਡੈਡੀ ਤੁਸੀਂ ਕੀ ਕਹੋਗੇ ਕਿ ਕੀ ਸੱਚੀ ਇਹੋ ਜਿਹੀ ਚੀਜ਼ ਦੁਨੀਆ 'ਤੇ ਕਿਸੇ ਖਾਸ ਰਾਜਸੀ ਸੱਤਾ ਬਾਰੇ ਜਾਂ ਫਿਰ ਇਹੋ ਜਿਹੇ ਧਾਰਮਿਕ ਸੰਸਥਾਨਾਂ ਦੇ ਖਿਲਾਫ਼ ਹੁੰਦੀਆਂ ਨੇ?
ਬੇਟੇ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਕਿ ਜਦੋਂ ਤੁਸੀਂ ਕਿਸੇ ਵੀ ਸਮਾਜ ਵਿੱਚ ਨਵਾਂ ਵਿਚਾਰ ਲੈ ਕੇ ਆਉਣਾ ਤਾਂ ਉਸ ਵਿਚਾਰ ਦਾ ਬਹੁਤ ਵਾਰੀ ਧਰਮ ਵਿਰੋਧ ਕਰਦਾ, ਤਾਂ ਨਿਸ਼ਚੇ ਹੀ ਜਿਹੜੇ ਬੰਦੇ ਨਵੇਂ ਵਿਚਾਰ ਲੈ ਕੇ ਆਉਂਦੇ ਆ ਉਹ ਗੱਲ ਤਾਂ ਆਪਦੀ ਕਹਿੰਦੇ ਆ ਪਰ ਲੁਕ ਛਿਪ ਕੇ ਆਪਸ ਵਿੱਚ ਗੱਲਾਂ ਕਰਦੇ ਆ। ਦੂਸਰਾ ਇਹ ਕਿ ਜਦੋਂ ਪਬਲਿਕ 'ਚ ਕਰਦੇ ਆ ਤਾਂ ਕਈ ਵਾਰ ਧਰਮ ਦੇ ਨਾਲ ਸੱਤਾ ਜੁੜ ਜਾਂਦੀ ਆ, ਸਰਕਾਰ ਜੁੜ ਜਾਂਦੀ ਆ, ਸਰਕਾਰ ਉਹਨਾਂ ਨੂੰ ਦਬਾਉਂਦੀ ਆ, ਇਸੇ ਕਰਕੇ ਹੀ ਅੰਡਰਗਰਾਊਂਡ ਕਹਿ ਲਓ ਜਾਂ ਲੁਪਤਾ ਜਿਹੜੀਆਂ ਉਹ ਸੰਸਥਾਵਾਂ ਹੋਂਦ 'ਚ ਆਉਂਦੀਆਂ। ਇਹ ਇੱਕ ਚੀਜ਼, ਇਹ ਸਮਾਜ ਦੇ ਵਿੱਚ ਉਹਦਾ ਨਾਂ ਅਲੂਮੀਨਾਟੀ ਹੋਵੇ ਜਾਂ ਉਹਦਾ ਨਾਂ ਕੋਈ ਹੋਰ ਹੋਵੇ, ਸਮਾਜ ਵਿੱਚ ਥੋੜ੍ਹਾ ਬਹੁਤਾ ਇਹ ਹਰ ਯੁੱਗ ਦੇ ਵਿੱਚ ਹੀ ਰਿਹਾ। ਹਾਂ, ਇਹ ਜ਼ਰੂਰ ਆ ਕਿ ਯੂਰਪ ਦੇ ਵਿੱਚ ਜਦੋਂ ਪੁਨਰ ਜਾਗਰਣ ਕਾਲ ਅਨਲਾਈਟਨਮੈਂਟ ਦਾ ਪੀਰੀਅਡ ਸੀਗਾ, ਜਦੋਂ ਉਹ ਇੱਕ ਲਹਿਰ ਚੱਲ ਰਹੀ ਸੀ ਗਿਆਨ ਕਰਨ ਦੀ, ਉਸ ਸਮੇਂ ਇਹ ਗਰੁੱਪ ਕਾਇਮ ਹੋਇਆ ਸੀ। ਇੱਕ ਇਹਦਾ ਫਿਕਸ਼ਨ ਦਾ ਰੂਪ ਆ, ਫਿਕਸ਼ਨ ਦਾ ਰੂਪ ਇਕੱਲਾ ਇੱਕ ਬ੍ਰਾਊਨ ਨੇ ਨਹੀਂ ਦਿੱਤਾ ਗਾ, ਇਹ ਹੋਰ ਬੰਦਿਆਂ ਨੇ ਵੀ ਫਿਕਸ਼ਨ ਦੇ ਬਹੁਤ ਰੂਪ ਦਿੱਤੇ। ਉਹਦੇ ਨਾਲ ਇੱਕ ਨੈਰੇਟਿਵ ਬਣ ਗਿਆ ਕਿ ਇਹ ਸੰਸਾਰ ਨੂੰ ਚਲਾਉਣ ਵਾਲੇ ਕੁਝ ਅਜਿਹੇ ਲੋਕ ਆ ਜਿਨ੍ਹਾਂ ਕੋਲ ਜਾਂ ਤਾਂ ਪੈਸਾ ਬਹੁਤ ਜ਼ਿਆਦਾ, ਉਹ ਪੈਸੇ ਵਾਲੀ ਇੱਕ ਜੁੰਡਲੀ ਆ, ਕਦੇ ਸਮਝ ਲਿਆ ਜਾਂਦਾ ਕਿ ਉਹ ਇੱਕ ਧਾਰਮਿਕ ਤੌਰ 'ਤੇ ਇੱਕ ਜੁੰਡਲੀ ਆ, ਕਲਟ ਦੇ ਨੇੜੇ ਤੇੜੇ ਲੈ ਜਾਂਦੇ ਆ ਕਿ ਵੀ ਇਹਦੇ ਪਿੱਛੇ ਸ਼ਾਇਦ ਯਹੂਦੀ ਭਾਈਚਾਰੇ ਦਾ ਇੱਕ ਵਿਸ਼ੇਸ਼ ਸੈਕਟ ਆ, ਇਉਂ ਲੈ ਜਾਂਦੇ ਆ। ਉਹ ਸਮਝਦੇ ਆ ਕਿ ਇਹ ਸਾਰੀ ਦੁਨੀਆ ਨੂੰ ਉਹ ਚਲਾ ਰਹੇ ਆ। ਇਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤੀ ਸੱਚਾਈ ਨਹੀਂ। ਇਹ ਨਹੀਂ ਕਿ ਅਜਿਹੀਆਂ ਸੰਸਥਾਵਾਂ ਹੋਂਦ 'ਚ ਨਹੀਂ ਆਉਂਦੀਆਂ, ਹੋਂਦ 'ਚ ਆਉਂਦੀਆਂ, ਹੋਂਦ 'ਚ ਰਹੀਆਂ ਵੀ ਆ, ਇੱਕ ਵਿਸ਼ੇਸ਼ ਵੀ ਹੋਂਦ 'ਚ ਰਹੀ, ਪਰ ਬਹੁਤਾ ਕੁਝ ਇਹਦੇ ਆਲੇ ਦੁਆਲੇ ਫਿਕਸ਼ਨ ਅਤੇ ਗੱਲਪ ਆ। ਹੁਣ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜਿਹਦਾ ਕਿਤੇ ਮੈਂਬਰ ਦਰਸਾਇਆ ਜਾ ਰਿਹਾ ਦਲਜੀਤ ਨੂੰ, ਮੈਂ ਸਮਝਦਾ ਕਿ ਕਿਉਂਕਿ ਦਲਜੀਤ ਦੀ ਪਿਛਲੇ ਥੋੜ੍ਹੇ ਹੀ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚੜ੍ਹਾਈ ਹੋਈ ਕਿ ਸਧਾਰਨ ਇੱਕ ਆਮ ਪੰਜਾਬੀ ਸਿੰਗਰਾਂ ਵਰਗਾ ਸਿੰਗਰ ਸੀ, ਪਰ ਡਾਂਸ ਕਰਨ ਜਾਣਦਾ ਸੀ, ਐਕਟਰ ਸੀ, ਪਰ ਉਹਦੀ ਜਿੰਨੀ ਚੜ੍ਹਾਈ ਹੋ ਗਈ ਕਿ ਪੱਛਮ ਦੀਆਂ ਸਟੇਜਾਂ 'ਤੇ ਵੀ ਉਹ ਬੋਲਿਆ, ਹਿੰਦੀ ਫਿਲਮਾਂ ਦੇ ਵਿੱਚ ਵੀ ਉਹਦਾ ਦਬਦਬਾ ਬਣ ਗਿਆ, ਲਗਾਤਾਰ ਉਹ ਵੱਧਦਾ ਜਾ ਰਿਹਾ। ਉਹਦੇ 'ਚੋਂ ਮੈਨੂੰ ਲੱਗਦਾ ਕਿ ਉਹਦੇ ਉੱਤੇ ਐਵੇਂ ਦੋਸ਼ ਹੀ ਲਾਏ ਗਏ ਆ। ਇਸ ਵੇਲੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਗਰੁੱਪ ਐਗਜਿਸਟ ਕਰਦਾ। ਬਾਕੀ ਭਾਈ ਤੁਹਾਡੀ ਪੀੜ੍ਹੀ ਦੀਆਂ ਗੱਲਾਂ ਹੋ ਵੀ ਸਕਦਾ। ਅਸਲ 'ਚ ਦੋਸਤੋ ਚਾਹੁੰਦਾ ਸੀ ਕਿ ਮੈਂ ਚਾਨਣ ਮੁਨਾਰਾ ਪੰਜਾਬੀਆਂ ਦਾ ਬਣਾ, ਤੇ ਉਹਨੇ ਇੰਗਲਿਸ਼ 'ਚੋਂ ਵਰਡ ਚੱਕ ਲਿਆ ਅਲੂਮੀਨਾਟੀ, ਜੋ ਮੈਨੂੰ ਲੱਗਦਾ ਵੈਸੇ ਉਹਨੂੰ ਪਤਾ ਹੀ ਸੀਗਾ ਕਿ ਅਲੂਮੀਨਾਟੀ ਹੋਣ ਨਾਲ ਮੇਰੀ ਨੈਗੇਟਿਵ ਪਬਲਿਸਿਟੀ ਵੀ ਚੱਲੂਗੀ। ਉਹਨੇ ਵਰਡ ਅਲੂਮੀਨਾਟੀ ਦੇ ਅੱਗੇ ਦਿਲ ਆਪਦਾ ਦਿਲ ਦਾ ਲਾ ਕੇ ਅਲੂਮੀਨਾਟੀ ਆਪਣੇ ਟੂਰ ਦਾ ਨਾਂ ਰੱਖਿਆ। ਨਹੀਂ ਨਹੀਂ ਉਹਦਾ ਨਾਮ ਨਹੀਂ, ਉਹਦਾ ਵੈਨਕੂਵਰ 'ਚ ਜਦੋਂ ਮੈਂ ਕੈਨੇਡਾ ਸੀਗੀ ਉਦੋਂ ਵੀ ਜਿਹੜੀਆਂ ਟਿਕਟ ਵਿਕ ਰਹੀ ਸੀ ਅਲੂਮੀਨਾਟੀ ਦੇ ਨਾਮ ਤੇ ਹੀ ਵਿਕ ਰਹੀ ਸੀ। ਨਸੀਬ ਨੇ ਤਾਂ ਹਜੇ 6 ਦਿਨ ਹੀ ਹੋਏ ਆ ਟਵੀਟ ਕਰੇ ਤੋਂ, ਤੇ ਉਹ ਟਵੀਟ ਵੀ ਕੋਈ ਹੋਰ ਚੀਜ਼ ਸੀਗੀ। ਟਵੀਟ ਤੇ ਉਹਨੇ ਇਹ ਕੀਤਾ ਸੀਗਾ ਵੀ ਇਹ ਹੁਣ ਬਾਲ, ਉਹ ਤਾਂ ਕਹਿੰਦਾ ਸੀ ਮੈਂ ਆਪਣਾ ਜ਼ਮੀਰ ਨਹੀਂ ਵੇਚੂੰਗਾ, ਤੇ ਹੁਣ ਉਹਨੇ ਬਾਲ ਕਟਾ ਲਏ, ਮਤਲਬ ਫਿਲਮਾਂ 'ਚ ਬਾਲ ਕਟਾ ਕੇ ਆ ਗਿਆ, ਹੁਣ ਉਹਦੀ ਜ਼ਮੀਰ ਕਿੱਥੇ ਗਈ? ਉਹਦੇ ਬੇਸ ਤੇ ਗੱਲ ਹੋਈ ਹੈ, ਲੋਕਾਂ ਨੇ ਟਵੀਟ ਅਲੂਮੀਨਾਟੀ ਵਾਲੇ ਕੀਤੇ ਆ, ਨਸੀਬ ਵੱਲੋਂ ਕੋਈ ਇਹੋ ਜਿਹਾ ਨਹੀਂ ਸੀ। ਬਾਕੀ ਦੋਸਤੋ ਪ੍ਰੋਬਲਮ ਹੁਣ ਇੱਥੇ ਆ ਜਾਂਦੀ ਹੈ ਕਿ ਕੋਈ ਕਿਸੇ ਦੀਆਂ ਐਥਿਕਸ ਨੂੰ ਜਾਂ ਫਿਰ ਮੋਰਲ ਰਿਸਪੋਂਸੀਬਿਲਿਟੀ ਨੂੰ ਆਪਣੇ 'ਤੇ ਤਾਂ ਤੁਸੀਂ ਥੋਪ ਸਕਦੇ ਹੋ ਕਿ ਮੈਂ ਇਹ ਮੇਰਾ ਮੋਰਲ ਸਟੈਂਡ ਹੈ, ਤੁਸੀਂ ਕਿਸੇ ਦੀ ਮੋਰਲ ਕੰਪਸ ਨੂੰ ਕਿਵੇਂ ਨੈਵੀਗੇਟ ਕਰ ਸਕਦੇ ਹੋ, ਇਹਦੇ ਬਾਰੇ ਹੁਣ ਤੁਸੀਂ ਦੱਸੋ। ਨਸੀਬ
ਕਿਵੇਂ ਕਹਿ ਸਕਦਾ ਵੀ ਤੂੰ ਵਾਲ ਨਹੀਂ ਕਟਾ ਸਕਦਾ, ਹਾਲਾਂਕਿ ਇਮਤਿਆਜ਼ ਅਲੀ ਦਾ ਪਿੱਛੇ ਜੇ ਬਿਆਨ ਆਇਆ ਕਿ ਦਿਲਜੀਤ ਨੇ ਵਾਲ ਨਹੀਂ ਕਟਾਏ, ਜਦਕਿ ਦਾੜੀ ਕੱਟੀ ਹੈ, ਵਾਲ ਨਾ ਵੀ ਕੱਟੇ ਹੋਣ ਜਾਂ ਕੱਟੇ ਹੋਣ ਕੋਈ ਫਰਕ ਨਹੀਂ ਪੈਂਦਾ, ਪਰ ਫਿਰ ਵੀ ਇਮਤਿਆਜ਼ ਅਲੀ ਨੂੰ ਇਹ ਦੇਣਾ ਪਿਆ, ਉਹਨੂੰ ਬਿਆਨ ਦੇਣਾ ਪਿਆ ਕਿ ਦਿਲਜੀਤ ਨੇ ਕਦੇ ਵੀ ਵਾਲ ਨਹੀਂ ਕਟਾਏ, ਉਹ ਵਿਗ ਪਾ ਕੇ ਕੰਮ ਕੀਤਾ। ਦੇਖੋ ਪੁੱਤ, ਜਿਹੜਾ ਸਾਡਾ ਦ੍ਰਿਸ਼ਟੀਕੋਣ ਆ ਨਾ, ਉਹ ਤਾਂ ਇੱਕ ਪ੍ਰੋਫੈਸਰ ਦਾ ਜਿਹੜਾ ਦ੍ਰਿਸ਼ਟੀਕੋਣ, ਉਹ ਤਾਂ ਬੜਾ ਸਿੱਧਾ ਸਾਦਾ ਹੈਗਾ ਕਿ ਹਰੇਕ ਬੰਦੇ ਨੂੰ ਆਜ਼ਾਦੀ ਆ, ਕਿਹੜੇ ਮਰਜ਼ੀ ਧਰਮ ਨੂੰ ਮੰਨੇ, ਜਿਵੇਂ ਮਰਜ਼ੀ ਉਹ ਰਹੇ, ਜੋ ਮਰਜ਼ੀ ਖਾਵੇ ਪੀਵੇ, ਅਤੇ ਇਸ ਹਾਲਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਗਾ ਕਿ ਉਹਦੇ 'ਤੇ ਕੋਈ ਮੋਰਲ ਜਾਂ ਐਥੀਕਲ ਬਾਈਂਡਿੰਗ ਹੁੰਦੀ ਆ ਕਿ ਆਏ ਕਰ ਅਤੇ ਆਏ ਨਾ ਕਰ। ਹਾਂ, ਜਿਹੜਾ ਬੰਦਾ ਕਲਾਕਾਰ ਆ, ਉਹਨੇ ਪਬਲਿਕ ਸਫੀਅਰ ਦੇ ਵਿੱਚ ਵਿਚਰਨਾ, ਜਨਤਕ ਤੌਰ 'ਤੇ ਉਹਨੇ ਵਿਚਰਨਾ, ਤਾਂ ਉਸ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ ਕਿ ਉਹਦੇ ਆ ਜਿਹੜੇ ਫਾਲੋਅਰ ਨੇ ਉਹ ਨਾਰਾਜ਼ ਨਾ ਹੋ ਜਾਣ, ਅਤੇ ਉਹਦੇ ਫਾਲੋਅਰ ਇਹ ਚਾਹੁੰਦੇ ਆ ਕਿ ਵੀ ਉਹ ਪੱਗ ਬੰਨ੍ਹ ਕੇ ਗਾਵੇ। ਮੰਨ ਲਓ ਉਹਦੀ ਜਿਹੜੀ ਸਰਚ ਟੀਮ ਹੈ ਇਹ ਕਹਿੰਦੀ ਕਿ ਬਹੁਤੇ ਲੋਕ ਕਹਿੰਦੇ ਆ ਕਿ ਪੱਗ ਬੰਨ੍ਹ ਕੇ ਗਾਵੇ, ਇਸ ਕਰਕੇ ਉਹਦੀ ਇਹ ਮਜਬੂਰੀ ਆ ਕਿ ਵੀ ਮੈਂ ਇਸ ਤਰ੍ਹਾਂ ਦੇ, ਕਿਉਂਕਿ ਮੈਨੂੰ ਲੋਕ ਇਉਂ ਪਸੰਦ ਕਰਦੇ ਆ, ਮੈਂ ਇਉਂ ਹੀ ਕਰਾਂ। ਅੱਛਾ, ਜਿਵੇਂ ਹੁਣ ਤੂੰ ਇਹ ਗੱਲ ਕਹੀ ਕਿ ਜੇ ਉਸੇ ਪੈਮਾਨੇ ਤੇ ਪਰਖੀ ਗਈ ਤਾਂ ਫਿਰ ਤਾਂ ਉਹਦੀ ਦਾੜੀ ਕੱਟੀ ਹੈਗੀ ਹੈ ਤੇ ਫਿਰ ਤਾਂ ਉਹ ਸਿੱਖ ਤਾਂ ਫਿਰ ਵੀ ਨਹੀਂ ਰਹਿੰਦਾ। ਮੇਰਾ ਖਿਆਲ ਆ ਕਿ ਜਦੋਂ ਪੱਗ ਬੰਨ੍ਹ ਲੈਂਦਾ ਹੈ ਤਾਂ ਉਹ ਪੰਜਾਬੀਆਂ ਦੀ ਪਛਾਣ, ਸਿੱਖਾਂ ਦੀ ਪਛਾਣ ਨਾਲ ਜੁੜ ਜਾਂਦਾ ਹੈ, ਤਾਂ ਉਸ ਨੂੰ ਕਲਾਕਾਰ ਹੋਣ ਕਰਕੇ ਇੰਨੀ ਕੁ ਉਹਦੇ ਤੋਂ ਆਸ ਕਰਦੇ ਆ ਉਹਦੇ ਜਿਹੜੇ ਸਿੱਖ ਪ੍ਰੇਮੀ ਨੇ, ਉਹਦੇ ਜਿਹੜੇ ਪੰਜਾਬੀ ਪ੍ਰੇਮੀ ਆ, ਕਿ ਉਹ ਪੱਗ ਬੰਨ੍ਹ ਕੇ ਕਰੇ। ਇਸ ਕਰਕੇ ਮੈਨੂੰ ਲੱਗਦਾ ਕਰਦਾ ਹੈ, ਅਤੇ ਜਿਹੜਾ ਵੀ ਬੰਦਾ ਸ਼ੋਅ ਵਿੱਚ ਚ, ਉਹਨੂੰ ਬਹੁਤ ਜ਼ਿਆਦਾ ਚੀਜ਼ ਦੀ ਇਸ ਦੀ ਜ਼ਰੂਰਤ ਪੈਂਦੀ ਆ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ। ਕਈ ਵਾਰੀ ਉਹਦੇ ਦਿਲ ਦੀਆਂ ਭਾਵਨਾਵਾਂ ਹੋਰ ਵੀ ਹੁੰਦੀਆਂ, ਪਰ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਆ ਅਜਿਹਾ ਕਰਦੇ ਆ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਨੂੰ ਲੱਗਦਾ ਕਿ ਨਸੀਬ ਨੂੰ ਦਿੱਕਤ ਇਸੇ ਗੱਲ ਤੋਂ ਸੀ ਜਦੋਂ ਉਹਨੇ ਮੈਂ ਹੂੰ ਪੰਜਾਬ ਗੀਤ ਗਾਇਆ ਸੀ, ਤਾਂ ਉਹਨੇ ਕਿਹਾ ਸੀ ਵੀ ਨਹੀਂ ਭਾਈ ਤੂੰ ਪੰਜਾਬ ਨਹੀਂ ਹੈਗਾ, ਜਦਕਿ ਐਸਾ ਰਿਕਾਰਡ ਤੋੜਿਆ ਉਹਨੇ, 50,000 ਬੰਦਾ ਵੈਨਕੂਵਰ ਦੇ ਵਿੱਚ ਤੁਸੀਂ ਇਕੱਠਾ ਕਰ ਲਓ ਤਾਂ ਸਾਰਾ ਪੰਜਾਬ ਤਾਂ ਇਕੱਠਾ ਕਰ ਹੀ ਲਿਆ ਸੀਗਾ, ਉੱਥੋਂ ਦਾ ਪੰਜਾਬ ਤਾਂ ਇਕੱਠਾ ਕਰ ਹੀ ਲਿਆ ਸੀਗਾ। ਬਾਕੀ ਨਸੀਬ ਰੈਪਰ ਬਾਰੇ ਆਪਾਂ ਗੱਲ ਕਰ ਲਈਏ, ਡੈਡੀ ਇੱਕ ਗਾਣਾ ਆਇਆ ਸੀਗਾ ਓਲਡ ਸਕੂਲ ਪ੍ਰੇਮ ਢਿੱਲੋਂ ਦਾ, ਉਹਦੇ 'ਚ ਉਹ ਕਹਿੰਦਾ ਕਿ ਜੱਟਵਾਦੀ ਰਗਾਂ 'ਚ ਖੂਨ ਓਲਡ ਸਕੂਲ, ਠੀਕ ਹੈ, ਅਤੇ ਸਾਰਾ ਕੁਛ ਉਹ ਵੀ ਲੱਗਿਆ ਮੇਰੇ ਡੱਬ 'ਚ ਟੂਲ ਓਲਡ ਸਕੂਲ, ਵੀ ਸਾਰਾ ਕੁਛ ਓਲਡ ਸਕੂਲ ਚੱਲਦਾ ਸਾਡੇ ਦਾ। ਤਾਂ ਤੁਹਾਨੂੰ ਕੀ ਲੱਗਦਾ ਕਿ ਓਲਡ ਸਕੂਲ ਸਹੀ ਹੁੰਦਾ ਹੈ ਕਿ ਨਵੀਂ ਐਲੂਮੀਨਾਟੀ? ਐਲੂਮੀਨਾਟੀ ਹਮੇਸ਼ਾ ਇੱਕ ਦੋਸਤੋ ਇੱਕ ਨਵੀਂ ਸੋਚ ਦਾ, ਉਦੋਂ ਵੀ ਪਹਿਰੇਦਾਰ ਹੁੰਦੇ ਸੀਗੇ, ਅੱਜ ਨਹੀਂ ਵੀ ਹੈਗੇ, ਹਿਸਟੋਰੀਕਲੀ ਆਪਾਂ ਕਹਿ ਲਈਏ, ਸਾਇੰਟੀਫਿਕਲੀ ਆਪਾਂ ਪ੍ਰੂਵ ਕਰ ਲਏ, ਸੋਸ਼ਲੀ ਆਪਾਂ ਪ੍ਰੂਵ ਕਰ ਲਈਏ ਕਿ ਉਹ ਨਹੀਂ ਵੀ ਹੈਗੇ, ਪਰ ਉਹਦਾ ਮਤਲਬ ਇੱਕ ਨਵੀਂ ਸੋਚ ਤੋਂ ਹੁੰਦਾ ਸੀ। ਪੁੱਤ, ਅਸੀਂ ਨਾ ਜਿਹੜੇ ਪੱਤਰਕਾਰੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਕਿ ਥਾਣੇਦਾਰ ਨੇ ਕਿਸੇ ਵਿਅਕਤੀ ਦੇ ਥੱਪੜ ਮਾਰਿਆ, ਕੋਈ ਮਹੱਤਵਪੂਰਨ ਖਬਰ ਨਹੀਂ, ਦੋਸ਼ੀ ਨੇ ਥਾਣੇਦਾਰ ਦੇ ਥੱਪੜ ਮਾਰਿਆ, ਇੱਕਦਮ ਮਹੱਤਵਪੂਰਨ ਖਬਰ ਹੁੰਦੀ ਹੈ। ਇਸੇ ਤਰ੍ਹਾਂ ਇਹ ਕਿ ਵੀ ਤੁਸੀਂ ਜੇ ਮਸ਼ਹੂਰ ਹੋਣਾ ਤਾਂ ਵੱਡੇ ਬੰਦੇ ਦੇ ਨਾਲ ਕਿਵੇਂ ਨਾ ਕਿਵੇਂ ਜੋੜ ਕਰ ਲਓ, ਅਤੇ ਉਹ ਜੋੜ ਕਰਨ ਦਾ ਇਹ ਵੀ ਤਰੀਕਾ ਹੁੰਦਾ ਕਿ ਤੁਸੀਂ ਉਹਨੂੰ ਫੁੱਲਾਂ ਦਾ ਗੁਲਦਸਤਾ ਦਿਓ, ਉਹਦੇ ਨੇੜੇ ਹੋ ਜਾਓ, ਇਹ ਵੀ ਤਰੀਕਾ ਹੁੰਦਾ ਕਿ ਤੁਸੀਂ ਉੱਥੇ ਸ਼ਾਹੀ ਸੱਟ ਦਿਓ। ਦਿਲਜੀਤ ਇਸ ਵੇਲੇ ਪੰਜਾਬੀ ਜਿਹੜਾ ਗਾਇਕੀ ਦਾ ਜਾਂ ਮਨੋਰੰਜਨ ਇੰਡਸਟਰੀ ਆ ਉਹਦੇ ਵਿੱਚ ਉਹ ਟੌਪ 'ਤੇ ਆ। ਜੇ ਟੌਪ 'ਤੇ ਬਾਕੀ ਆਪਾਂ ਮੰਨ ਲਈਏ
ਤਾਂ ਫਿਰ ਜਿਹੜਾ ਬੰਦਾ ਵੀ ਮਸ਼ਹੂਰ ਹੋਣਾ ਚਾਹੁੰਦਾ ਉਹ ਉਹਦੇ ਨਾਲ ਆਪਣੇ ਕਿਵੇਂ ਨਾ ਕਿਵੇਂ ਜੋੜ ਕਰਨਾ ਚਾਹੁੰਦਾ। ਜੋੜ ਇੱਕ ਤਾਂ ਹੈ ਕਿ ਬਈ ਦਿਲਜੀਤ ਬਾਈ ਨਾਲ ਮੇਰਾ ਗਾਣਾ ਆਇਆ, ਦਿਲਜੀਤ ਆਪਣਾ ਮਿੱਤਰ ਆ, ਦਿਲਜੀਤ ਨਾਲ ਮੇਰੀ ਫੋਟੋ ਆ। ਇੱਕ ਤਰੀਕਾ ਹੈ ਕਿ ਦਿਲਜੀਤ ਮਾੜਾ ਉਹ ਵੀ ਸੁਣਿਆ ਜਾਊਗਾ, ਦਿਲਜੀਤ ਤਾਂ ਲੋਮੀ ਨਾਟੀ ਆ, ਦਿਲਜੀਤ ਤਾਂ ਜਿਹੜਾ ਹੈਗਾ ਉਹ ਤਾਂ ਕਿਸੇ ਐਸੇ ਗੈਂਗ ਦਾ ਮੈਂਬਰ ਆ, ਇਹ ਗੱਲਾਂ ਫੈਲਾ ਦਿਓ। ਅਤੇ ਜਿਹੜਾ ਬੰਦਾ ਫੈਲਾਊਗਾ ਉਹਦੇ ਬਾਰੇ ਵੀ ਲੋਕ ਧਿਆਨ ਦੇਣਗੇ। ਮੈਨੂੰ ਲੱਗਦਾ ਕਿ ਸ਼ੋ ਬਿਜ਼ਨਸ 'ਚ ਬਹੁਤ ਪੁਰਾਣੀਆਂ ਗੱਲਾਂ ਇਹ ਚੱਲਦੀਆਂ ਹੀ ਰਹਿੰਦੀਆਂ ਸੀਗੀਆਂ, ਇਹ ਬਾਲੀਵੁੱਡ ਦੇ ਵਿੱਚ ਵੀ ਚੱਲਦੀਆਂ ਸੀਗੀਆਂ, ਇਹ ਹਾਲੀਵੁੱਡ ਦੇ ਵਿੱਚ ਵੀ ਚੱਲਦੀਆਂ ਸੀ, ਅਤੇ ਹੁਣ ਬਾਲੀਵੁੱਡ ਜਿਹਨੂੰ ਕਹਿ ਦਿੰਦੇ ਆ ਪੰਜਾਬ ਦੀ ਇੰਡਸਟਰੀ 'ਚ ਵੀ ਚੱਲ। ਦੋਸਤੋ ਅੱਜ ਲਈ ਇੰਨਾ ਹੀ, ਪਰ ਮੈਂ ਨਾ ਖਤਮ ਕਰਨ ਤੋਂ ਪਹਿਲਾਂ ਸਿਰਫ ਇੱਕ ਰਿਮਾਰਕ ਐਡ ਕਰਨਾ ਚਾਹੂੰਗੀ ਕਿ ਅਸਲ ਦੇ ਵਿੱਚ ਨਾ ਐਲੂਮੀਨਾਟੀ ਬਾਰੇ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਆਂ ਵੀ ਇਹੀ ਚੱਲਦੀਆਂ, ਜਿਵੇਂ ਡੈਡੀ ਨੇ ਪਹਿਲਾਂ ਮੈਂਸ਼ਨ ਕੀਤਾ ਕਿ ਸ਼ਾਇਦ ਯਹੂਦੀਆਂ ਦਾ ਇੱਕ ਸਪੈਸੀਫਿਕ ਸੈਕਟ ਹੈ ਜਿਹੜਾ ਐਲੂਮੀਨਾਟੀ ਸੀ। ਉਹ ਚੀਜ਼ਾਂ ਨਾਲ ਖਾਸ ਤੌਰ 'ਤੇ ਅੱਜ ਕੱਲ੍ਹ ਜੋ ਦੁਨੀਆ 'ਤੇ ਮਾਹੌਲ ਬਣਿਆ ਹੋਇਆ ਐਂਟੀ ਸੈਮੇਟਿਜ਼ਮ ਦਾ, ਅਤੇ ਫਿਰ ਐਂਟੀ ਸੈਮੇਟਿਜ਼ਮ ਦਾ ਤਾਂ ਮਾਹੌਲ ਚਲੋ ਅੱਡ ਹੈ, ਇਸਲਾਮੋਫੋਬੀਆ ਉਹਦੇ ਖਿਲਾਫ ਚੱਲ ਰਿਹਾ, ਅਤੇ ਬਹੁਤ ਵੱਡੇ ਵੱਡੇ ਲੇਖਕ ਜਿਵੇਂ ਕਿ ਜੇ ਕੇ ਰਾਉਲਿੰਗ ਇਹਨਾਂ ਚੀਜ਼ਾਂ ਨੂੰ ਆਪਦੀਆਂ ਬੁੱਕਸ ਦੇ ਵਿੱਚ ਵਧਾ ਵਧਾ ਕੇ ਜਦੋਂ ਲਿਖਦੀਆਂ ਨੇ ਤਾਂ ਇੱਕ ਖਾਸ ਤਰ੍ਹਾਂ ਦੀ ਚੇਤਨਾ ਬਣਦੀ ਹੈ, ਅਤੇ ਉਸ ਚੇਤਨਾ ਤੋਂ ਤੁਸੀਂ ਕਿਵੇਂ ਬਚ ਕੇ ਰਹਿਣਾ ਹੁੰਦਾ ਇਹ ਤੁਹਾਡੀ ਆਪਦੀ ਸੋਚ ਹੈ। ਤਾਂ ਐਲੂਮੀਨਾਟੀ ਹੋਵੇ ਨਾ ਹੋਵੇ, ਪਰ ਉਸ ਨੂੰ ਕਿਸੇ ਐਸੇ ਸੈਕਟ ਨਾਲ ਜੋੜ ਕੇ ਉਹਨਾਂ ਲੋਕਾਂ ਨੂੰ ਨਫ਼ਰਤ ਦਾ ਪਾਤਰ ਬਣਾ ਕੇ, ਭਾਵੇਂ ਕਿ ਉਸੇ ਸੈਕਟ ਦੇ ਕੋਈ ਸਪੈਸੀਫਿਕ ਲੋਕ, ਆਪਾਂ ਲੋਕਾਂ ਨੂੰ ਨਾ ਕਹੀਏ ਕੁਛ ਸਰਕਾਰਾਂ ਗਲਤ ਕੰਮ ਕਰ ਰਹੀਆਂ ਨੇ, ਜੈਨੋਸਾਈਡ ਕਰ ਰਹੀਆਂ ਨੇ, ਆਪਾਂ ਉਹਨਾਂ ਦੇ ਖਿਲਾਫ਼ ਬੋਲਣਾ, ਆਪਾਂ ਲੋਕਾਂ ਪ੍ਰਤੀ ਕਦੇ ਵੀ ਨਫ਼ਰਤ ਨਹੀਂ ਫੈਲਾਉਣੀ। ਮੇਰੇ ਖਿਆਲ 'ਚ ਅੱਜ ਵਾਸਤੇ ਇੰਨਾ ਹੀ। ਬਾਪ ਬੇਟੀ ਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਥੱਲੇ ਕਮੈਂਟ ਕਰਕੇ ਦੱਸਿਓ।